ਮੋਰਿੰਡਾ ਸ਼ਹਿਰ ਵਿੱਚ ਸਰਕਾਰੀ ਹਸਪਤਾਲ ਦੀ ਬਿਲਡਿੰਗ ਤਾਂ ਕੁਝ ਸਾਲ ਪਹਿਲਾਂ ਬਣਾਈ ਗਈ, ਪਰ ਇਸ ਵਿੱਚ ਬਹੁਤ ਘਾਟਾ ਜੋ ਅੱਜ ਵੀ ਰੜਕ ਰਿਹਾ ਹੈ। ਸਫਾਈ ਦਾ ਮੰਦਾ ਹਾਲ, ਚਾਰ ਦੀਵਾਰੀ ਟੁੱਟੀ ਹੋਣ ਕਾਰਨ ਸੁਰੱਖਿਆ ਦੇ ਪ੍ਰਬੰਧਾਂ ਦੀ ਘਾਟ, ਹਸਪਤਾਲ ਦੇ ਚਾਰੇ ਪਾਸੇ ਵੱਡੀ ਵੱਡੀ ਗੱਜ ਬੂਟੀ ਨਾਲ ਇੱਕ ਗੰਦੇ ਪਾਣੀ ਦਾ ਵੱਡਾ ਛੱਪੜ, ਜਿਸ ਕਾਰਨ ਦਿਨ ਵਿੱਚ ਵੀ ਮਰੀਜ਼ਾਂ ਦੇ ਮੱਛਰ ਲੜ ਰਿਹਾ ਹੈ। ਮੋਰਿੰਡਾ ਦੇ ਇਸ ਹਸਪਤਾਲ ਵਿੱਚ ਮੋਰਿੰਡਾ ਸ਼ਹਿਰ ਤੋਂ ਇਲਾਵਾ ਅਨੇਕ ਪਿੰਡਾਂ ਦੇ ਲੋਕ ਦਵਾਈ ਲੈਣ ਆਉਂਦੇ ਹਨ। ਲੋਕਾਂ ਦੀ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਹਮੇਸ਼ਾ ਇਸ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਰਹਿੰਦੀ ਹੈ। ਦਵਾਈਆਂ ਦੀ ਘਾਟ ਹੋਣ ਕਾਰਨ ਮਰੀਜ਼ ਨੂੰ ਪ੍ਰਾਈਵੇਟ ਦੁਕਾਨਾਂ ਤੋਂ ਮਹਿੰਗੀਆਂ ਦਵਾਈਆਂ ਲੈਣੀਆਂ ਪੈ ਰਹੀਆਂ ਹਨ। ਸਰਕਾਰ ਵੱਲੋਂ ਜਨੇਪਾ ਔਰਤਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਜਨੇਪਾ ਔਰਤਾਂ ਦੇ ਪ੍ਰਾਈਵੇਟ ਲੈਬੋਰਟਰੀਆਂ ਤੋਂ 5-5 ਵਾਰ ਅਲਟਰਾਸਾਊਂਡ ਵੀ ਕਰਵਾਇਆ ਜਾ ਰਿਹਾ ਹੈ, ਜਿਸ ਕਾਰਨ ਗਰੀਬ ਲੋਕਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ। ਲੋਕਾਂ ਨੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਮੰਗ ਕੀਤੀ ਹੈ ਕਿ ਇਸ ਹਸਪਤਾਲ ਵਿੱਚ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਜਲਦੀ ਪੂਰੀਆਂ ਕੀਤੀਆਂ ਜਾਣ। ਅਸੀਂ 3 ਅਲਟਰਾਸਾਊਂਡ ਕਰਾਏ। ਕਿੱਥੋਂ ਕਰਾਏ? ਹੈਡ ਕਰਾਏ। ਕੀ ਕਿਹਨਾਂ ਨੇ ਭੇਜਿਆ ਤੁਹਾਨੂੰ ਕਰਨ? ਹਾਂਜੀ ਮੈਡਮ ਨੇ ਭੇਜਿਆ। ਕਿੰਨੇ ਪੈਸੇ ਦਿੱਤੇ ਇੱਕ ਅਲਟਰਾਸਾਊਂਡ ਦੇ? 850 ਦਿੱਤੇ। ਤੁਹਾਨੂੰ ਕੋਈ ਸਰਕਾਰ ਵੱਲੋਂ ਕੋਈ ਤੁਹਾਡਾ ਅਲਟਰਾਸਾਊਂਡ ਫ੍ਰੀ ਹੋਇਆ ਜਾਂ ਘੱਟ ਪੈਸਿਆਂ 'ਚ ਹੋਇਆ? ਨਹੀਂ, ਕੋਈ ਘੱਟ ਨਹੀਂ ਹੋਇਆ। ਅੱਛਾ, 850 ਰੁਪਏ ਪਰ ਅਲਟਰਾਸਾਊਂਡ। 3 ਅਲਟਰਾਸਾਊਂਡ ਕਰਾ ਦਿੰਦੇ। 3 ਕਰਾਏ। ਤੁਹਾਡੇ ਕਦੋਂ ਬੇਬੀ ਹੋਇਆ ਹੈ? ਇਹ ਜੀ ਮੇਰੀ ਪਰਸੋਂ ਹੈ। ਪਰਸੋਂ ਹੈ। ਤੁਸੀਂ ਕਿੰਨੇ ਅਲਟਰਾਸਾਊਂਡ ਕਰਾਏ? ਮੈਂ ਜੀ 5 ਕਰਾਏ। 5 ਅਲਟਰਾਸਾਊਂਡ ਕਰਾਏ? ਜੀ ਹਾਂ। ਕਿੰਨੇ ਪੈਸੇ ਦਿੱਤੇ ਅਲਟਰਾਸਾਊਂਡ? ਇੱਕ ਦੇ 1000 ਦਿੱਤੇ, 2 ਦੇ, ਇੱਕ 750 ਚ, 2 750 ਚ। ਕੋਈ ਸਰਕਾਰ ਵੱਲੋਂ ਤੁਹਾਨੂੰ ਕੋਈ ਇਹਦੇ 'ਚ ਅਲਟਰਾਸਾਊਂਡ ਦੇ ਵਿੱਚ ਤੁਹਾਨੂੰ ਕੋਈ ਰਿਫੰਡ ਮਿਲਿਆ, ਪੈਸੇ ਮਿਲੇ? ਨਹੀਂ ਜੀ, ਕੋਈ ਨਹੀਂ। ਤੁਸੀਂ ਇੱਥੇ ਦਾਖਲ ਹੋ, ਤੁਹਾਨੂੰ ਕੋਈ ਰੋਟੀ ਪਾਣੀ ਦਾ ਹੋਰ ਤੁਹਾਨੂੰ ਕੀ ਦੇ ਰਹੀ ਹੈ ਸਰਕਾਰ? ਰੋਟੀ ਪਾਣੀ ਗੰਨੇ ਹੁੰਦੀ, ਦੁੱਧ ਵੀ ਹੁੰਦਾ, ਖਾਣਾ ਵਗੈਰਾ ਤੁਹਾਨੂੰ ਸਾਰਾ ਮਿਲਦਾ। ਬਾਕੀ ਤੁਹਾਡੀ ਕੇਅਰ ਸਹੀ ਹੈ। ਅਲਟਰਾਸਾਊਂਡ ਹੀ ਤੁਹਾਨੂੰ ਬਾਹਰੋਂ ਕਰਾਉਣਾ? ਹੋਰ ਦਵਾਈਆਂ ਵਗੈਰਾ ਤੁਹਾਨੂੰ ਇੱਥੋਂ? ਦਵਾਈ ਤਾਂ ਜੀ ਹਜੇ ਮਿਲੀ ਹੋਈ ਹੈ, ਦਊਂਗੀ ਦਵਾਈ। ਕਿੰਨੇ ਕੁ ਪੇਸ਼ੈਂਟ ਹੈ ਤੁਹਾਡੀ ਓਪੀਡੀ ਵਿੱਚ? ਕਿੰਨੇ ਕੁ ਪੇਸ਼ੈਂਟ ਹੈ? ਅੱਜ ਯੋਗਾ ਦਾ ਵੀ ਇਫੈਕਟ ਪਿਆ ਕੋਈ? ਡਾਕਟਰ ਸਾਹਿਬਾਂ ਦੀ ਡਿਊਟੀ ਲੱਗੀ ਹੈ, ਕਈ ਨੇ ਵੀ ਬਾਹਰ ਜਿਕਣਾ ਹੋਮੋਪੈਥੀ ਵਾਲਿਆਂ ਦੀ ਡਿਊਟੀ ਲੱਗੀ ਜਾਂ ਰੋਪੜ ਵਗੈਰਾ? ਹਾਂਜੀ ਹਾਂਜੀ। ਕਿੰਨੇ ਕੁ ਡਾਕਟਰ ਅੱਜ ਮਿਸ ਆਏ? ਕਈ ਗੈਨੀ ਵਾਲੇ ਵੀ ਨਹੀਂ ਆਏ ਅੱਜ, ਕਿੰਨੇ ਕੁ ਮਿਸ ਆਏ? ਦੇਖੋ, ਜਿਹੜੇ ਡਾਕਟਰ ਸੌਰਭ ਸੀਗੇ ਉਹਦੇ 24 ਆਵਰਸ ਕਰਕੇ ਗਿਆ 24 ਘੰਟੇ, ਅਤੇ ਸਾਨੂੰ ਅਫੀਸ਼ਲੀ 24 ਘੰਟੇ ਦੇ ਬਾਅਦ ਮਤਲਬ ਔਫ ਮਿਲਦਾ, ਅਤੇ ਉਹ ਆਪਣੀ ਹੁੰਦੀ ਹੈ ਕਿ ਉਹ ਔਫ ਲੈਣਾ ਹੈ ਜਾਂ ਫਿਰ ਆਪਣੇ ਪੇਸ਼ੈਂਟ ਦੇਖਣਾ। ਕਈ ਵਾਰ ਦੇ ਸਾਰਾ ਇਸ ਤਰ੍ਹਾਂ ਕਰਦੇ ਆ ਡਾਕਟਰ ਸੌਰਭ ਕਿ 24 ਘੰਟੇ ਦੇ ਬਾਅਦ ਕੋਈ ਆਪਣੇ ਕਈ ਵਾਰ ਦੇ ਪਰਸਨਲ ਪੇਸ਼ੈਂਟ ਹੁੰਦੇ ਆ, ਸਰਜਰੀ ਦੇ ਪੇਸ਼ੈਂਟ ਹੁੰਦੇ ਆ, ਫਿਰ ਉਹ ਪੇਸ਼ੈਂਟ ਦੇਖ ਕੇ ਵੀ ਜਾਂਦੇ ਆ, 12-12 1 ਵਜੇ ਤੱਕ ਦੇਖ ਕੇ ਜਾਂਦੇ ਆ ਪੇਸ਼ੈਂਟ ਸਰਜਰੀ ਦੇ। ਜਿਸ ਤਰ੍ਹਾਂ ਮੇਰੇ ਕੋਈ ਆ ਜਾਵੇ ਪੇਸ਼ੈਂਟ, ਕੋਈ ਹਾਰਟ ਦਾ ਮੈਂ ਵੀ ਦੇਖ ਕੇ ਜਾਂਦਾ। ਜਿਸ ਤਰ੍ਹਾਂ ਕੋਈ ਪੇਸ਼ੈਂਟ ਆ ਜਾਵੇ, ਕੋਈ ਆਪਣਾ ਹਾਰਟ ਦਾ ਪੇਸ਼ੈਂਟ ਆ, ਮੇਰੇ ਓਲਡ ਪੇਸ਼ੈਂਟ ਆ, ਟੁੱਟਾਂ ਲੈ ਕੇ ਆਏ, ਮੈਂ ਚੈੱਕ ਕਰਕੇ ਫਿਰ ਮੈਂ ਜੀ। ਸਰ, ਇੱਕ ਗੈਨੀ ਦੇ 2-3 ਪੇਸ਼ੈਂਟ ਬੈਠੇ ਆ ਉਹਦੇ 'ਚ, ਦਾਖਲ ਹੈ ਆਪਣੇ ਹਸਪਤਾਲ 'ਚ। ਡਾਕਟਰ ਸਾਹਿਬ ਨੇ ਕੱਲ੍ਹ ਕਿਹਾ ਸੀ ਵੀ ਇੱਥੇ ਅਸੀਂ ਜਿਹੜਾ ਅਲਟਰਾਸਾਊਂਡ 250 ਰੁਪਏ 'ਚ ਕਰਦੇ ਹਾਂ, ਪਰ ਉਹ ਸਰਕਾਰ ਵੱਲੋਂ ਜਿਹੜੀ ਸਕੀਮ ਆ ਉਹਨਾਂ ਨੂੰ ਲਾਗੂ ਨਹੀਂ ਹੋਏ, ਕੀ ਕਾਰਨ? ਇਹ ਸਰ ਕੁਛ ਅਵੇਅਰਨੈਸ ਕਰਕੇ ਹੋ ਸਕਦਾ ਮੇ ਬੀ, ਬਾਕੀ ਗੈਨੀ ਦੇ ਬਾਰੇ ਸਰ ਮੈਨੂੰ ਕੋਈ ਨੌਲੇਜ ਨਹੀਂ ਹੈ। ਥੈਂਕ ਯੂ। ਅਵੇਅਰਨੈਸ ਕਰਕੇ ਹੁੰਦਾ ਸਰ। ਮੋਰਿੰਡਾ ਤੋਂ ਮਨਜੀਤ ਸੋਹੀ, ਜੀਵੇ ਪੰਜਾਬ ਟੀਵੀ।